ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੂਡੈਂਟਸ ਅੱਜ ਅਸੀਂ ਨਿਊ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਦੈਟ ਇਜ਼ ਚੈਪਟਰ ਨੰਬਰ 13 ਇਲੈਕਟ੍ਰਿਕ ਕਰੰਟ ਐਂਡ ਇਟਸ ਇਫੈਕਟਸ ਠੀਕ ਹੈ ਬੇਟਾ ਦੇਖੋ ਤੁਸੀਂ ਕਲਾਸ 6th ਵਿੱਚ ਵੀ ਪੜ੍ਹਿਆ ਸੀ ਕਿ ਕਿਸ ਤਰ੍ਹਾਂ ਇਲੈਕਟ੍ਰਿਕ ਕਰੰਟ ਜਨਰੇਟ ਕੀਤਾ ਜਾਂਦਾ ਅਤੇ ਕਿਸ ਤਰ੍ਹਾਂ ਇਹ ਸਾਡੇ ਵਾਸਤੇ ਇੰਪੋਰਟੈਂਟ ਆ ਐਕਚੁਅਲੀ ਹੈ ਕੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਇਲੈਕਟ੍ਰੀਸਿਟੀ ਤੋਂ ਬਿਨਾਂ ਰਹਿਣਾ ਇੰਪੋਸੀਬਲ ਜਿਹਾ ਲੱਗਦਾ ਠੀਕ ਹੈ ਅਸੀਂ ਬਹੁਤ ਹੀ ਡਿਪੈਂਡੈਂਟ ਹੋ ਚੁੱਕੇ ਹਾਂ ਇਹਦੇ 'ਤੇ ਇਲੈਕਟ੍ਰਿਕ ਕਰੰਟ ਨੂੰ ਸਿੰਪਲ ਟਰਮਸ ਵਿੱਚ ਅਗਰ ਆਪਾਂ ਡਿਫਾਈਨ ਕਰਨਾ ਹੋਏ ਤਾਂ ਇਟ ਇਜ਼ ਦ ਫਲੋ ਆਫ ਚਾਰਜ ਹੁਣ ਕੁਸ਼ਚਨ ਇਹ ਬੇਟਾ ਰਾਈਜ਼ ਹੁੰਦਾ ਕਿ ਚਾਰਜ ਕਿੱਥੋਂ ਜਨਰੇਟ ਹੁੰਦਾ ਠੀਕ ਹੈ ਬੇਸਿਕ ਯੂਨਿਟ ਜਿਹੜਾ ਕਿਸੇ ਵੀ ਸਬਸਟਾਂਸ ਦਾ ਉਹ ਕੀ ਹੈ ਸਾਡੇ ਕੋਲ ਐਟਮ ਠੀਕ ਹੈ ਐਟਮ ਵਿੱਚ ਕੀ ਹੁੰਦਾ ਪੋਜ਼ਿਟਿਵਲੀ ਚਾਰਜ ਪ੍ਰੋਟੋਨਸ ਹੁੰਦੇ ਆ ਅਤੇ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ ਹੁੰਦੇ ਆ ਹੁਣ ਐਟਮ ਵਿੱਚ ਜਿੰਨੇ ਇਲੈਕਟ੍ਰੋਨਸ ਹੁੰਦੇ ਆ ਉਨੇ ਹੀ ਪ੍ਰੋਟੋਨਸ ਹੁੰਦੇ ਆ ਇਸ ਕਰਕੇ ਪੋਜ਼ਿਟਿਵ ਚਾਰਜ ਅਤੇ ਨੈਗੇਟਿਵ ਚਾਰਜ ਬਰਾਬਰ ਹੋਣ ਦੇ ਕਰਕੇ ਐਟਮ ਉੱਤੇ ਕੋਈ ਚਾਰਜ ਜਿਹੜਾ ਨਹੀਂ ਹੁੰਦਾ ਬਟ ਬੇਟਾ ਕੁਛ ਕੰਡੀਸ਼ਨਸ ਦੇ ਅੰਡਰ ਕੁਛ ਮਟੀਰੀਅਲ ਜਿਹੜੇ ਆ ਉਹ ਇਲੈਕਟ੍ਰੋਨਸ ਜਾਂ ਤਾਂ ਲੂਜ਼ ਕਰਦੇ ਆ ਰਿਲੀਜ਼ ਕਰਦੇ ਆ ਅਤੇ ਜੇ ਇਲੈਕਟ੍ਰੋਨ ਉਹਨਾਂ ਨੇ ਰਿਲੀਜ਼ ਕਰਤੇ ਠੀਕ ਹੈ ਅਤੇ ਉਹ ਕੀ ਹੋ ਜਾਣਗੇ ਉਹਨਾਂ 'ਚ ਪੋਜ਼ਿਟਿਵ ਚਾਰਜ ਜ਼ਿਆਦਾ ਹੋ ਜੂਗਾ ਠੀਕ ਹੈ ਅਤੇ ਕਈ ਕੀ ਕਰਦੇ ਆ ਇਲੈਕਟ੍ਰੋਨ ਗੇਨ ਕਰ ਲੈਂਦੇ ਆ ਫਿਰ ਉਹਨਾਂ 'ਚ ਨੈਗੇਟਿਵ ਚਾਰਜ ਜ਼ਿਆਦਾ ਹੋ ਜਾਏਗਾ ਹੁਣ ਇਹ ਇਮਬੈਲੈਂਸ ਦੇ ਕਰਕੇ ਕਿਉਂਕਿ ਚਾਰਜਸ ਇਮਬੈਲੈਂਸ ਹੋ ਜਾਂਦੇ ਆ ਇੱਕ ਜਿਹੜੀ ਬਾਡੀ ਆ ਉਹ ਚਾਰਜਡ ਬਾਡੀ 'ਚ ਕਨਵਰਟ ਹੋ ਜਾਂਦੀ ਹੈ ਇਲੈਕਟ੍ਰੀਸਿਟੀ ਹੈ ਕੀ ਐਕਚੁਅਲੀ ਇਲੈਕਟ੍ਰੀਸਿਟੀ ਇਜ਼ ਦਾ ਮੂਵਮੈਂਟ ਆਫ ਚਾਰਜਸ ਥਰੂ ਏ ਬਾਡੀ ਐਂਡ ਅ ਫਲੋ ਆਫ ਇਲੈਕਟ੍ਰਿਕ ਚਾਰਜ ਇਜ਼ ਕਾਲਡ ਕਰੰਟ ਇਲੈਕਟ੍ਰੀਸਿਟੀ ਕੀ ਹੈ ਬੇਟਾ ਬਿਜਲੀ ਕੀ ਹੁੰਦੀ ਹੈ ਕਿ ਜਿਹੜਾ ਚਾਰਜ ਹੁੰਦਾ ਚਾਰਜ ਦੀ ਮੂਵਮੈਂਟ ਹੋਣੀ ਕਿਸੇ ਵੀ ਬਾਡੀ ਦੇ ਅੰਡਰ ਚਾਰਜ ਦੀ ਮੂਵਮੈਂਟ ਹੋਣੀ ਅਤੇ ਫਲੋ ਆਫ ਇਲੈਕਟ੍ਰਿਕ ਚਾਰਜ ਨੂੰ ਕੀ ਬੋਲਣਾ ਸੀ ਕਰੰਟ ਬੋਲਣਾ ਅਤੇ ਬੇਟਾ ਜਿਹੜਾ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ ਦੇ ਵਿੱਚ ਕਰੰਟ ਦਾ ਯੂਨਿਟ ਕੀ ਹੈ ਐਮਪੀਅਰ ਇਹਦਾ ਸਿੰਬਲ ਕੀ ਹੈ ਕੈਪੀਟਲ ਏ ਠੀਕ ਹੈ ਨੈਕਸਟ ਬੇਟਾ ਇਲੈਕਟ੍ਰਿਕ ਸਰਕਟ ਹੁਣ ਦੇਖੋ ਫਲੋ ਆਫ ਇਲੈਕਟ੍ਰਿਕ ਕਰੰਟ ਤਾਂ ਹੀ ਪੋਸੀਬਲ ਹੋਵੇਗਾ ਜਦੋਂ ਚਾਰਜ ਫਲੋ ਕਰਨਗੇ ਜਾਂ ਟਰੈਵਲ ਕਰਨਗੇ ਕਿਸੇ ਕਲੋਜ਼ਡ ਪਾਥ ਦੇ ਅੰਡਰ ਅਤੇ ਇਹ ਪਾਥ ਅਲੋਂਗ ਵਿੱਚ ਇਲੈਕਟ੍ਰਿਕ ਕਰੰਟ ਕੈਨ ਫਲੋ ਇਜ਼ ਕਾਲਡ ਇਲੈਕਟ੍ਰਿਕ ਸਰਕਟ ਇਹ ਪਾਥ ਨੂੰ ਅਸੀਂ ਕੀ ਬੋਲਦੇ ਹਾਂ ਜਿਹਦੇ ਵਿੱਚ ਜਿਹਦੇ ਅਲੋਂਗ ਇਲੈਕਟ੍ਰਿਕ ਕਰੰਟ ਫਲੋ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਇਲੈਕਟ੍ਰਿਕ ਸਰਕਟ ਠੀਕ ਹੈ ਹਾਂਜੀ ਬੇਟਾ ਆ ਜਾਓ ਤੁਸੀਂ ਘਰ ਸਾਰਿਆਂ ਨੂੰ ਮਾਡਲ ਬਣਾ ਵੀ ਸਕਦੇ ਹੋ ਔਰ ਬਣਾਉਣਾ ਵੀ ਹੈ ਐਕਟੀਵਿਟੀ 13.1 ਤੁਸੀਂ ਕੀ ਲੈਣਾ ਇੱਕ ਛੋਟਾ ਜਿਹਾ ਬਲਬ ਲੈਣਾ ਇੱਕ ਡਰਾਈ ਸੈੱਲ ਲੈਣਾ ਘਰਾਂ ਦੇ ਵਿੱਚ ਹੁੰਦੇ ਆ ਕੋਪਰ ਦੀਆਂ ਵਾਇਰਸ ਲੈ ਲਓ ਇਨਸੂਲੇਟਡ ਠੀਕ ਹੈ ਜਿਹੜੀ ਜਿਹਦੀ ਕਵਰਿੰਗ ਜਿਨ੍ਹਾਂ 'ਤੇ ਕੀਤੀ ਹੁੰਦੀ ਦੋ ਐਂਡਸ ਜਿਹੜੇ ਕੋਪਰ ਦੇ ਆਏ ਉਹਨਾਂ ਨੂੰ ਤੁਸੀਂ ਹੈ ਨਾ ਜਿਵੇਂ ਉੱਤੋਂ ਛਿਲਕਾ ਜਿਹਾ ਉਤਾਰ ਲੈਂਦੇ ਹੋ ਅਤੇ ਉਹਨਾਂ ਦੇ ਜਿਹੜੇ ਐਂਡਸ ਆ ਉਹ ਬਲਬ ਦੇ ਨਾਲ ਲਗਾ ਦੇਣੇ ਅਤੇ ਦੋ ਐਂਡਸ ਉੱਧਰੋਂ ਕਿਹਦੇ ਨਾਲ ਲਾ ਜਾਂਦੇ ਡਰਾਈ ਸੈੱਲ ਦੇ ਨਾਲ ਠੀਕ ਹੈ ਟੇਪ ਲਗਾ ਕੇ ਜਾਂ ਜਿੱਦਾਂ ਵੀ ਤੁਸੀਂ ਉਹਨੂੰ ਲਪੇਟਦੇ ਹੁੰਦੇ ਹੋ ਠੀਕ ਹੈ ਅਤੇ ਤੁਸੀਂ ਕੀ ਦੇਖੋਗੇ ਕਿ ਬਲਬ ਜਿਹੜਾ ਬ੍ਰਾਈਟਲੀ ਗਲੋ ਕਰੇਗਾ ਹੁਣ ਇੱਕ ਐਂਡ ਤੋਂ ਤੁਸੀਂ ਉਤਾਰ ਦਿਓ ਅਤੇ ਕੀ ਬਲਬ ਜਗੇਗਾ ਫਿਰ ਨਹੀਂ ਜਗੇਗਾ ਕਿਉਂਕਿ ਸਰਕਟ ਹੀ ਨਹੀਂ ਕਲੋਜ਼ ਹੈਗਾ ਇਹ 'ਚ ਦੇਖੋ ਸਾਰਾ ਸਰਕਟ ਕਲੋਜ਼ ਹੈ ਜਿਹਦੇ ਅਲੋਂਗ ਇਲੈਕਟ੍ਰਿਕ ਕਰੰਟ ਨੇ ਫਲੋ ਕਰਨਾ ਚਾਰਜ ਨੇ ਫਲੋ ਕਰਨਾ ਬਟ ਇਹਦੇ ਵਿੱਚ ਵੇਖੋ ਸਰਕਟ ਜਿਹੜਾ ਕਲੋਜ਼ ਨਹੀਂ ਹੈਗਾ ਨਹੀਂ ਨਾ ਕਲੋਜ਼ ਇਹ ਇੱਥੋਂ ਨਾਲੋਂ ਲੱਥਾ ਹੋਇਆ ਤਾਂ ਬਲਬ ਜਿਹੜਾ ਉਹ ਗਲੋ ਨਹੀਂ ਕਰੇਗਾ ਜਦੋਂ ਸਰਕਟ ਓਪਨ ਹੈ ਸੋ ਬਲਬ ਵਿਲ ਗਲੋ ਓਨਲੀ ਵੈਨ ਦਾ ਸਰਕਟ ਇਜ਼ ਕਲੋਜ਼ਡ ਇਹ ਬੇਟਾ ਐਕਟੀਵਿਟੀ ਬਹੁਤ ਧਿਆਨ ਨਾਲ ਕਰਨੀ ਬਿਲਕੁਲ ਛੋਟਾ ਜਿਹਾ ਬਲਬ ਲੈਣਾ ਛੋਟਾ ਸੈੱਲ ਲੈਣਾ ਉਹਦੇ ਨਾਲ ਤੁਸੀਂ ਐਕਟੀਵਿਟੀ ਕਰ ਸਕਦੇ ਹੋ ਆਰਾਮ ਦੇ ਨਾਲ ਠੀਕ ਹੈ ਸੋ ਬੇਟਾ ਜਦੋਂ ਤੁਸੀਂ ਕਨੈਕਟ ਕਰੋਗੇ ਬਲਬ ਨੂੰ ਸੈੱਲ ਦੇ ਨਾਲ ਵਾਇਰਸ ਦੇ ਥਰੂ ਅਤੇ ਸਰਕਟ ਇੱਕ ਕਲੋਜ਼ ਸਰਕਟ ਇੱਥੇ ਜਿਵੇਂ ਬਣ ਗਿਆ ਅਤੇ ਬਲਬ ਗਲੋ ਕਰੇਗਾ ਇਲੈਕਟ੍ਰੋਨਸ ਫਲੋ ਕਰਨਗੇ ਵਾਇਰਸ ਦੇ ਥਰੂ ਇਲੈਕਟ੍ਰੋਨ ਕਿੱਧਰੋਂ ਕਿੱਧਰ ਨੂੰ ਬੇਟਾ ਫਲੋ ਕਰਦੇ ਫਰੋਮ ਦਾ ਨੈਗੇਟਿਵ ਟਰਮੀਨਲ ਟੂ ਦਾ ਪੋਜ਼ਿਟਿਵ ਟਰਮੀਨਲ ਦੇਖੋ ਇਲੈਕਟ੍ਰੋਨ 'ਤੇ ਕਿਹੜਾ ਚਾਰਜ ਹੁੰਦਾ ਨੈਗੇਟਿਵ ਚਾਰਜ ਉਹ ਕਿੱਧਰ ਨੂੰ ਜਾਣਗੇ ਬੈਟਰੀ ਦੇ ਪੋਜ਼ਿਟਿਵ ਕਿ ਨੈਗੇਟਿਵ ਵੱਲ ਮਤਲਬ ਓਬਵੀਅਸਲੀ ਹੈ ਕਿ ਉਹ ਤਾਂ ਆਪੋਜ਼ਿਟ ਚਾਰਜ ਆਪੋਜ਼ਿਟ ਵੱਲ ਜਾਣਗੇ ਕਿਉਂਕਿ ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੈ ਤਾਂ ਪੋਜ਼ਿਟਿਵ ਟਰਮੀਨਲ ਵੱਲ ਜਾਣਗੇ ਬੈਟਰੀ ਦੇ ਠੀਕ ਹੈ ਸਰਕਟ 'ਚ ਬੇਟਾ 3 ਮੇਨ ਕੰਪੋਨੈਂਟਸ ਹੁੰਦੇ ਆ ਪਹਿਲਾਂ ਕੀ ਹੈ ਸੈੱਲ ਸੈੱਲ ਕਾਹਦਾ ਸੋਰਸ ਹੈ ਇਲੈਕਟ੍ਰੀਕਲ ਐਨਰਜੀ ਜਾਂ ਕਰੰਟ ਦਾ ਬਲਬ ਬਲਬ ਜਿਹੜੀ ਡਿਵਾਈਸ ਜਿਹਨੂੰ ਯੂਜ਼ ਕੀਤਾ ਜਿਹੜੀ ਯੂਜ਼ ਕਰਦੀ ਹੈ ਕਰੰਟ ਨੂੰ ਕਨੈਕਟਿੰਗ ਵਾਇਰਸ ਜਿਹੜੇ ਕਿ ਕੰਡਕਟਰਸ ਹੈ ਕਿਉਂਕਿ ਉਹਨਾਂ ਦੇ ਥਰੂ ਕਰੰਟ ਨੇ ਫਲੋ ਕਰਨਾ ਠੀਕ ਹੈ
अगर तुसी टर्न ऑफ करना चाहते हो इलैक्ट्रिक डिवाइस नूं जां बल्ब नूं, तुहानूं ब्रेक करना पैंदा है पाथ इलैक्ट्रिक करंट दा। ठीक है, उच्च आपां डिसकनैक्ट कर दिंदे हां वायर नूं, ब्रेक कर दिंदे हां, ठीक है, पाथ नूं, ते सर्किट की हो जाएगा, ओपन हो जाएगा, ते नो करंट विल फ्लो थ्रू। क्लीयर है बेटा? ओके, सो फॉर ओपनिंग ते क्लोजिंग ऑफ एन इलैक्ट्रिक सर्किट वी यूज ए स्विच। स्विच हुंदा ना, घरां विच लगे हुंदे आ, ਇਹਦੇ ਦੋ ਟਰਮੀਨਲਸ ਹੁੰਦੇ ਆ, ਤੇ ਵਾਇਰ ਕਨੈਕਟ ਕੀਤੀਆਂ ਗਈਆਂ ਹੁੰਦੀਆਂ, ਅਤੇ 13A ਅਤੇ 13B ਦੇ ਵਿੱਚ ਸੈੱਲ ਸ਼ੋਅ ਕੀਤੇ, ਦੇ ਵਿੱਚ ਸਵਿੱਚ ਸ਼ੋਅ ਕੀਤੇ ਆ। ਅਤੇ ਜਦੋਂ ਬੇਟਾ ਸਵਿੱਚ ਔਨ ਮੋਡ 'ਤੇ ਹੋਵੇਗਾ, ਮੈਟੈਲਿਕ ਸਟ੍ਰਿਪ ਜਿਹੜੀ ਉਹਦੇ ਸਵਿੱਚ ਦੇ ਅੰਦਰ ਹੋਏਗੀ ਨਾ, ਮੈਟੈਲਿਕ ਸਟ੍ਰਿਪ, ਉਹ ਕੀ ਕਰ ਜਾਏਗੀ, ਉਹ ਦੋਵਾਂ ਟਰਮੀਨਲਸ ਨੂੰ ਟੱਚ ਕਰੇ। ਠੀਕ ਹੈ, ਅਤੇ ਸਰਕਟ ਕੰਪਲੀਟ ਹੋ ਜਾਏਗਾ। ਠੀਕ ਹੈ, ਅਦਰਵਾਈਜ਼ ਦੂਜੇ ਕੇਸ ਦੇ ਵਿੱਚ ਜੇ ਸਵਿੱਚ ਔਫ ਮੋਡ 'ਚ ਹੈ, ਤਾਂ ਮੈਟਲ ਸਟ੍ਰਿਪ ਜਿਹੜੀ ਲੱਗੀ ਹੁੰਦੀ ਆ ਉਹ ਅਵੇ ਹੋ ਜਾਏਗੀ, ਸਰਕਟ ਬ੍ਰੇਕ ਹੋ ਜਾਏਗਾ, ਬਲਬ ਨਹੀਂ ਜਗੇਗਾ। ਠੀਕ ਹੈ, ਅਤੇ ਕਰੰਟ ਕੈਰਿੰਗ ਕਪੈਸਿਟੀ ਆਫ ਡਿਫਰੈਂਟ, ਹਰ ਇੱਕ ਸਵਿੱਚ ਦੀ ਆਪਣੀ ਆਪਣੀ ਕਪੈਸਿਟੀ ਹੁੰਦੀ ਕਰੰਟ ਕੈਰੀ ਕਰਨ ਦੀ, ਉਹ ਚੇਂਜ ਹੁੰਦੀ ਰਹਿੰਦੀ। ਠੀਕ ਹੈ, ਔਰ ਬੇਟਾ ਜਿਹੜਾ ਇੰਸਟਰੂਮੈਂਟ ਕਰੰਟ ਨੂੰ ਮੈਜ਼ਰ ਕਰਨ ਲਈ ਵਰਤਿਆ ਜਾਂਦਾ, ਉਹਨੂੰ ਕੀ ਅਸੀਂ ਬੋਲਦੇ, ਐਮ ਮੀਟਰ। ਕੀ ਬੋਲਦੇ ਹਾਂ? ਐਮ ਮੀਟਰ। ਐਨਰਜੀ ਸੋਰਸਿਸ ਜਿਹੜੇ ਅਸੀਂ ਯੂਜ਼ ਕਰਦੇ ਹਾਂ ਇਲੈਕਟ੍ਰੀਸਿਟੀ ਨੂੰ ਬਣਾਉਣ ਲਈ, ਉਹ ਰੀਨਿਊਏਬਲ ਵੀ ਹੋ ਸਕਦੇ ਆ, ਨੋਨ ਰੀਨਿਊਏਬਲ ਵੀ ਹੋ ਸਕਦੇ। ਰੀਨਿਊਏਬਲ ਨੋਨ ਰੀਨਿਊਏਬਲ ਸੋਰਸਿਸ ਆਫ ਐਨਰਜੀ ਤੁਸੀਂ ਕਲਾਸ 6th ਵਿੱਚ ਪੜ੍ਹਿਆ ਹੋਣਾ, ਕੀ ਹੁੰਦੇ ਉਹਨਾਂ ਦੇ ਐਗਜ਼ਾਮਪਲਸ ਕੀ ਹੁੰਦੇ। ਠੀਕ ਹੈ, ਇਹਦੇ ਵਿੱਚ ਡਾਇਗ੍ਰਾਮ 'ਚ ਦਿਖਾਇਆ ਸਵਿੱਚਿਸ ਇਨ ਔਨ ਮੋਡ ਅਤੇ ਸਵਿੱਚ ਇਨ ਆਫ ਮੋਡ। ਠੀਕ ਹੈ, ਇਹ ਵਰਕਿੰਗ ਹੈ ਸਵਿੱਚ ਦੀ। ਕਲੀਅਰ ਹੈ ਬੇਟਾ? ਸੋ ਦਿਸ ਵਾਜ਼ ਆਲ ਅਬਾਊਟ ਟੂਡੇਜ਼ ਲੈਕਚਰ। ਥੈਂਕ ਯੂ।